ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਆਪਣਾ ਵਰਿੰਦਰ ਚੀਮਾ ਅਤੇ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਆਪਣੇ ਯੂਟਿਊਬ ਚੈਨਲ 'ਤੇ ਅਤੇ ਜਿਵੇਂ ਕਿ ਤੁਹਾਨੂੰ ਪਤਾ ਆਪਾਂ ਰਾਜਸਥਾਨ ਆਏ ਹਾਂ ਅਤੇ ਸਵੇਰ ਦਾ ਟਾਈਮ ਹੋ ਗਿਆ 6 ਵਜੇ ਦਾ ਰਾਤ ਆਪਾਂ ਕੈਂਪ ਦੇ ਵਿੱਚ ਕੱਢੀ ਆ ਟੈਂਟ ਦੇ ਵਿੱਚ ਅਤੇ ਹੁਣ ਉੱਠ ਕੇ ਅੱਗੇ ਚੱਲੇ ਹਾਂ ਰਾਤ ਜਿਹੜੀ ਠੰਡ ਬੜੀ ਜ਼ਿਆਦਾ ਲੱਗੀ ਅਸੀਂ ਇੱਕ ਦਿੱਕਤ ਨਿੱਕੀ ਜਿਹੀ ਘਰ ਬੈਠੇ ਹਾਂ ਜਿਹੜਾ ਵੱਡਾ ਕੰਬਲ ਸੀ ਉਹ ਥੱਲੇ ਵਿਛਾ ਲਿਆ ਸੀ ਦੋ ਕੰਬਲ ਥੱਲੇ ਵਿਛਾਏ ਇੱਕ ਛੋਟਾ ਕੰਬਲ ਉੱਤੇ ਰੱਖ ਲਿਆ ਕੈਂਪ ਦੇ ਵਿੱਚ ਆਪਾਂ ਤਿੰਨ ਮਿੰਟ ਤਾਂ ਆਪਾਂ ਖੁੱਲ੍ਹੇ ਉੱਡਲੇ ਆ ਗਏ ਈਜ਼ਲੀ ਬੜੇ ਜਿਹੜਾ ਕੰਬਲ ਉਹ ਨਹੀਂ ਪੂਰਾ ਆਇਆ ਅਤੇ ਠੰਡ ਲੱਗਦੀ ਰਾਤ ਥੋੜ੍ਹੀ ਜਿਹੀ ਕੁਝ ਆਬੂਆ ਖੁੱਲ੍ਹਾ ਛੱਡ ਦਿੱਤਾ ਸੀ ਇਹ 'ਚ ਠੰਡ ਬੜੀ ਆਉਂਦੀ ਰਹੀ ਫਿਰ ਉੱਠ ਕੇ ਬੰਦ ਕੀਤਾ ਫਿਰ ਸੈੱਟ ਹੋਇਆ ਥੋੜ੍ਹਾ ਜਿਹਾ ਕੁੱਲ ਮਿਲਾ ਕੇ ਵਧੀਆ ਰਿਹਾ 4 ਕੁ ਘੰਟੇ ਨੀਂਦ ਪੂਰੀ ਕਰ ਲਈ ਆਪਾਂ ਹੁਣ ਇੱਥੋਂ ਅੱਗੇ ਚੱਲੇ ਹਾਂ ਸਮਾਨ ਰਾਤੀ ਸਾਰਾ ਪੈਕ ਕਰ ਲਿਆ ਸੀ ਇੱਕ ਕੁਰਸੀ ਬਸ ਰਹਿ ਗਈ ਸੀ ਅਤੇ ਟੈਂਟ ਰਹਿ ਗਿਆ ਬਾਹਰ ਕੰਬਲ ਵਗੈਰਾ ਨੇ ਇਹ ਹੁਣ ਰੱਖ ਕੇ ਫਿਰ ਨਿਕਲਦੇ ਹਾਂ ਆਹ ਜਿਹੜਾ ਪੱਗਾਂ ਪਾਤਾ ਇੱਥੇ ਸਾਫ਼ ਸਫਾਈ ਕਰਕੇ ਜਾਵਾਂਗੇ ਲਓ ਜੀ ਟਾਈਮ ਹੋ ਗਿਆ ਜਿਹੜਾ ਸਵੇਰ ਦੇ 6:24 ਹੋ ਗਏ ਨੇ ਅਤੇ ਅਸੀਂ ਉੱਠ ਪਏ ਹਾਂ ਮੁੰਡਿਆਂ ਨੇ ਫਰੈਸ਼ ਫਰੁਸ਼ ਹੋ ਲਿਆ ਇੱਥੋਂ ਨਿਕਲ ਲੱਗੇ ਹਾਂ ਟੈਂਟ ਆਪਣਾ ਜਿਹੜਾ ਪੱਟਦੇ ਹਾਂ ਕੰਬਲ ਕੁੰਬਲ ਜੋੜ ਲੈਣੇ ਅਤੇ ਰੱਖ ਕੇ ਫਿਰ ਚੱਲਦੇ ਹਾਂ ਅੱਗੇ ਲਓ ਜੀ ਬਿਲਕੁਲ ਰੈਡੀ ਹੋ ਕੇ ਨਿਕਲ ਪਏ ਹਾਂ ਇੱਥੋਂ ਅਤੇ ਅੱਗੇ ਚੱਲਦੇ ਹਾਂ ਜਤੋੜ ਪਹੁੰਚਣਾ ਜੈਸਲਮੇਰ ਲਗਭਗ ਇੱਥੋਂ 325 ਕਿਲੋਮੀਟਰ ਨਹੀਂ 400 ਕਿਲੋਮੀਟਰ ਹੋ ਗਿਆ ਇੱਥੋਂ ਹੈ ਨਾ ਇੱਥੇ 400 ਕਿਲੋਮੀਟਰ ਹੈ ਜੈਸਲ ਬੀਕਾਨੇਰ ਤੋਂ 300 ਕਿਲੋਮੀਟਰ ਹੈ ਠੀਕ ਹੈ ਜੀ ਨਿਕਲਦੇ ਹਾਂ ਅੱਗੇ ਲਓ ਜੀ ਅਸੀਂ ਭਾਰਤਮਾਲਾ ਲਿੰਕ ਹਾਈਵੇ 'ਤੇ ਜਾਂਦੇ ਪਏ ਹਾਂ ਇੱਦਾਂ ਤੁਸੀਂ ਵੀ ਜਿਹੜਾ ਚੈੱਕ ਕਰ ਸਕਦੇ ਹੋ ਰੇਤ ਡਿੱਬੇ ਜੇ ਤੱਕ ਨਜ਼ਰ ਜਾਂਦੀ ਹੈ ਰੇਤ ਰੇਤ ਬੱਸੋਂ ਬਹੁਤ ਵਿਰਲੀ ਵਿਰਲੀ ਹੈ ਇੱਧਰ ਪਾਣੀ ਲੱਗਿਆ ਕਣਕ ਨੂੰ ਲਓ ਜੀ ਆਪਾਂ ਪਹੁੰਚ ਗਏ ਹਾਂ ਬੀਕਾਨੇਰ ਅਸੀਂ ਆਪਣੇ ਆਪ ਹੋ ਜਾਏਗਾ ਲਾ ਦੋ ਚਾਰਜ ਅਤੇ ਇੱਥੇ ਆਪਾਂ ਜਾਣਾ ਹੁਣ ਜੂਨਾਗੜ੍ਹ ਕਿਲ੍ਹਾ ਜਿਹੜਾ ਜੂਨਾਗੜ੍ਹ ਕਿਲ੍ਹਾ ਵੇਖਦੇ ਹਾਂ ਜੇ ਖੁੱਲ੍ਹਾ ਹੋਇਆ ਤਾਂ ਕਿਲ੍ਹੇ ਕਈ ਵਾਰੀ ਬੰਦ ਵੀ ਲੱਭਦੇ ਹੁੰਦੇ ਨੇ ਸਾਨੂੰ ਜਦੋਂ ਟਿਕਟ ਮਹਿੰਗੀ ਹੋਵੇ ਉਦੋਂ ਆਖਦੀ ਤਾਂ ਕਿਲ੍ਹਾ ਬੰਦ ਹੈ ਅਤੇ ਜੂਨਾਗੜ੍ਹ ਕਿਲ੍ਹੇ 'ਤੇ ਜਾਂਦੇ ਹਾਂ ਆ ਇੱਧਰ ਸਕੂਲ ਹੈ ਪਿੱਛੇ ਮਿਲਟਰੀ ਏਰੀਆ ਲੰਘਿਆ ਇਹਨਾਂ ਦਾ ਖੁੱਲ੍ਹਾ ਡੁੱਲਾ ਸ਼ਹਿਰ ਹੈ ਭੀੜ ਭੜੱਕਾ ਘੱਟ ਹੀ ਹੈ ਕਿਲ੍ਹੇ 'ਤੇ ਚੱਲਦੇ ਹਾਂ ਤਾਂ ਉੱਥੇ ਤੁਹਾਡੇ ਨਾਲ ਹੋਰ ਵੀ ਗੱਲਾਂ ਬਾਤਾਂ ਕਰਾਂਗੇ ਨਾਲੇ ਤੁਹਾਨੂੰ ਵਿਖਾਉਂਦੇ ਹਾਂ ਕਿਲ੍ਹਾ ਜੇ ਵਿੱਚ ਵੀਡੀਓਗ੍ਰਾਫੀ ਅਲਾਊਡ ਹੋਈ ਤੇ ਲਓ ਵੀ ਵੇਖੋ ਬੀਕਾਨੇਰ ਦੀ ਖੂਬਸੂਰਤੀ ਸਿੱਧਾ ਸਿੱਧਾ ਥੋੜ੍ਹਾ ਜਿਹਾ ਆਪਣਾ ਰਾਹ ਵੀ ਗਾਈਡ ਕਰਨਾ ਪੈਂਦਾ ਮੈਪ ਮੂਪ ਲਾ ਕੇ ਨਾਲੋਂ ਨਾਲ ਅਤੇ ਬਹੁਤ ਹੀ ਵਧੀਆ ਸ਼ਾਨਦਾਰ ਜਗ੍ਹਾ ਅਤੇ ਸ਼ਾਨਦਾਰ ਅਦਾਰੇ ਬਣੇ ਨੇ ਇੱਥੇ ਵਧੀਆ ਇਸ ਚੌਂਕ ਤੋਂ ਵੀ ਸਿੱਧਾ ਚੱਲ ਭਾਂਡੇ ਤਾਂ ਖੜਕਣਗੇ ਬਾਕੀ ਦੋ ਨੇ ਕਿਲ੍ਹੇ ਦੇ ਵਿੱਚ ਆਪਾਂ ਕਰ ਚੱਲੇ ਐਂਟਰ ਉਹ ਸਾਹਮਣੇ ਜੂਨਾਗੜ੍ਹ ਕਿਲ੍ਹਾ ਹੈ ਫੋਨ ਪਤਾ ਨਹੀਂ ਜਾਣ ਦੇਣਗੇ ਵੇਖੀ ਯਾਰ ਵਧੀਆ ਲੱਗਦੀ ਹੈ ਨਾ ਲੱਗਦੀ ਲਓ ਵੀ
ਸੁਵਿਧਾ ਹੋਰ ਮਿਲ ਗਈ ਹੈ ਪਾਰਕਿੰਗ ਹੈ ਵਿੱਚ ਬੋਲਣਗੇ ਜੇ ਆਪਾਂ ਸਹੀ ਬੋਲਾਂਗੇ ਤਾਂ ਬਿਲਕੁਲ ਜੇ ਆਪਾਂ ਔਖੜੇ ਬੋਲਾਂਗੇ ਫਿਰ ਕੱਚਾ ਮਾਰਨੀ ਬਾਈ ਆਂਦਾ ਵੀ ਮੈਂ ਲੈ ਜਾਓ ਮੈਂ ਪਾਰਕਿੰਗ ਮਿਲ ਗਈ ਬਾਈ ਚੱਲੀਏ ਲਓ ਜੀ ਆ ਕਿਲੇ ਦਾ ਗੇਟ ਪਾ ਗਏ ਅੰਦਰ ਪਰਚੀ ਕਟਵਾਓ ਸਰ ਲਓ ਜੀ ਆ ਗਏ ਚੁੰਨਾ क्या बात है क्या बात है जट बंदे गड्डी सीधी अंदर जाती है फीलिंग आनी कि प्यो का हो ਪੰਜਾਹ ਰੁਪਏ ਚ ਕਿਲਾ ਖਰੀਦ ਲਿਆ ਗੱਡੀ ਜਾਂਦੀ ਵੀ ਸਾਡੀ ਮਰਜ਼ੀ ਵਾਲੀ ਜਗ੍ਹਾ ਤੇ ਇੱਧਰ ਮੰਦਰ ਨੇ ਦੋਵਾਂ ਪਾਸੇ ਐਂਟਰੀ ਤੇ ਲੋ ਜੀ ਆਪਾਂ ਪਹੁੰਚ ਗਏ ਹਾਂ ਜੂਨਾਗੜ੍ਹ ਫੋਰਟ ਦੇ ਅੰਦਰ ਅਤੇ ਤੁਸੀਂ ਵੇਖ ਸਕਦੇ ਹੋ ਆਹ ਇਹਦਾ ਜਿਹੜਾ ਵਿਹੜਾ ਕਹਿ ਸਕਦੇ ਹੋ ਕੇਲੇ ਦਾ ਆਂਗਣ ਜਿਹਨੂੰ ਬੋਲ ਦਿੰਦੇ ਨੇ ਇਸ ਪਾਸੇ ਮਹਿਲ ਹੈ ਇੱਧਰ ਆ ਦਲੇਲ ਨਿਵਾਸ ਹੈ ਕੋਈ ਇਸ ਪਾਸੇ ਸਾਰੇ ਨਹੀਂ ਜਾ ਸਕਦੇ ਇੱਧਰ ਟੋਇਲਟਸ ਵਗੈਰਾ ਨੇ ਬਾਉੜੀ ਇੱਧਰ ਬਣੀ ਹੈ ਉਹ ਜਾ ਕੇ ਵੇਖ ਕੇ ਆਵਾਂਗੇ ਆਹ ਜਿਹੜਾ ਕਿਲੇ ਦਾ ਵਿਹੜਾ ਹੈ ਪ੍ਰੋਪਰ ਸਾਹਮਣੇ ਕਿਲਾ ਮਹਿਲ ਸਾਹਮਣੇ ਤੋਪਾਂ ਵੀ ਖੜੀਆਂ ਨੇ ਗੋਲਾ ਬਰੂਦ ਨੇ ਮੈਂ ਕੋਈ ਨਹੀਂ ਇੱਧਰ ਨੂੰ ਚਲਾ ਦੇਣੀਆਂ ਸਾਨੂੰ ਇਸ ਪਾਸੇ ਨੂੰ ਦੜੋਂ ਦੜੋਂ ਹੋ ਜਾਣੀ ਸੀ ਇੱਥੇ ਆਹ ਸਾਹਮਣੇ ਜਿਹੜਾ ਰਿਸੈਪਸ਼ਨ ਏਰੀਆ ਦਾ ਇੱਥੋਂ ਐਂਟਰੀ ਹੋਏਗੀ ਹਾਂ ਇਹ ਸਾਫ਼ ਸੁਥਰੀ ਹੁੰਦੀ ਹੈ 10 ਵਜੇ ਕਿਲਾ ਜਿਹੜਾ ਖੁੱਲ੍ਹਣਾ 9:30 ਨੇ ਇਹਨਾਂ ਆਪਾਂ ਉੱਧਰ ਮੰਦਰ ਵੇਖ ਕੇ ਆਉਂਦੇ ਹਾਂ ਕਿਲਾ ਤਾਂ ਜੇ 10 ਵਜੇ ਖੁੱਲ੍ਹਣਾ ਪਰ ਇੱਧਰ ਆਪਾਂ ਆਏ ਹਾਂ ਸੂਰ ਸਾਗਰ ਲਿਖਿਆ ਅਤੇ ਵੇਖਦੇ ਹਾਂ ਕੀ ਚੀਜ਼ ਅੰਦਰ ਇੱਧਰ ਦਾ ਇਤਿਹਾਸ ਲਿਖਿਆ ਮਹਾਰਾਜਾ ਸ਼੍ਰੀ ਸੂਰ ਸਿੰਘ ਜੀ ਆਫ ਬੀਕਾਨੇਰ ਸਟੇਟ ਰੋਡ ਕੰਸਟਰਕਟਿਡ ਸੂਰ ਸਾਗਰ ਇਨ ਫਰੰਟ ਆਫ ਜੂਨਾਗੜ੍ਹ ਫੋਰਟ ਇਨ 1614 AD ਟੂ ਕਲੈਕਟ ਰੇਨ ਵਾਟਰ ਅੱਛਾ ਇਹ ਤਲਾਬ ਬਣਿਆ ਬੋਲੀ ਬਣੀ ਇੱਧਰ 1614 ਦੇ ਵਿੱਚ ਮਹਾਰਾਜਾ ਸ਼੍ਰੀ ਸੂਰ ਸਿੰਘ ਉਹਨਾਂ ਨੇ ਜਿਹੜੀ ਇਹਦੀ ਸਥਾਪਨਾ ਕੀਤੀ ਸੀ 1614 ਦੇ ਵਿੱਚ ਮੀਂਹ ਦਾ ਪਾਣੀ ਇਕੱਠਾ ਕਰਨ ਵਾਸਤੇ ਵਧੀਆ ਜਗ੍ਹਾ ਬਣੀ ਹੈ ਇਸ ਪਾਸੇ ਪੌੜੀਆਂ ਪੁੜੀਆਂ ਨੇ ਇੱਥੇ ਆਪਣਾ ਮੀਂਹ ਦਾ ਪਾਣੀ ਇਕੱਠਾ ਕਰਕੇ ਇੱਕ ਤਲਾਬ ਟਾਈਪ ਬਣਾਇਆ ਉਹਨੂੰ ਵਰਤਦੇ ਹੁੰਦੇ ਸਨ ਇੱਥੇ ਇਹਨਾਂ ਆਪਣਾ ਸਲੋਗਨ ਲਿਖਿਆ ਸ਼ਹਿਰ ਦਾ ਮਾਰੋ ਪਿਆਰੋ ਬਿਕਾਣੋ ਇਹ ਜਿਹੜਾ ਬੀਕਾਨੇਰ ਸ਼ਹਿਰ ਦਾ ਨਾਂ ਹੈ ਇਹ ਬੀਕਾ ਨਾਂ ਦੇ ਰਾਜੇ 'ਤੇ ਪਿਆ ਹੈ ਉਹਦੇ ਨਾਂ 'ਤੇ ਜ਼ਿਆਦਾ ਮਸ਼ਹੂਰ ਹੈ ਕਿਲ੍ਹਾ ਵੀ ਅਤੇ ਸ਼ਹਿਰ ਵੀ ਬੀਕਾਨੇਰ ਬੀਕਾ ਨਾਂ ਦਾ ਰਾਜਾ ਸੀ ਲਓ ਜੀ ਆਪਾਂ ਟਿਕਟਾਂ ਖਰੀਦਣੀਆਂ ਨੇ 100 ਰੁਪਏ ਦੀ ਇੱਕ ਟਿਕਟ ਮਿਲੀ ਆਪਾਂ ਖਰੀਦੀਆਂ 4 ਟਿਕਟਾਂ ਅਤੇ ਬੰਦੇ ਆਪਣੇ ਰੈਡੀ ਨੇ ਥੋੜ੍ਹੀ ਜਿਹੀ ਵੇਟ ਕਰਕੇ ਜਾਣਾ ਪਏਗਾ ਸਾਰੇ ਗਰੁੱਪ ਨੂੰ ਇਕੱਠਾ ਲੈ ਕੇ ਜਾਣਗੇ ਲਓ ਜੀ ਹਾਂ ਸਾਰੇ ਸੜਕੇ ਉੱਥੇ ਟਿਕਟਾਂ ਚੈੱਕ ਹੋ ਕੇ ਫਿਰ ਐਂਟਰੀ ਹੋਈ ਆਪਾਂ ਇੱਥੇ ਬਾਹਰ ਜਿਹੜੇ ਰਾਜੇ ਮਹਾਰਾਜੇ ਨੇ ਆਪਣੇ ਮੰਤਰੀਆਂ ਨਾਲ ਹੋਲੀ ਖੇਡ ਦਿੰਦੇ ਸਨ ਆਹ ਰਾਜ ਤਿਲਕ ਮਹਿਲ ਇੱਥੇ ਜਿਹੜਾ ਰਾਜ ਅਭਿਸ਼ੇਕ ਹੁੰਦਾ ਹੁੰਦਾ ਸੀ ਨਵੇਂ ਰਾਜੇ ਦਾ ਚੋਰੀ ਚੋਰੀ ਵਿਖਾਵਾਂਗੇ ਤੁਹਾਨੂੰ ਸਮਝਦੇ ਜਾਇਆ ਜੇ ਬਸ ਇੱਧਰ ਫੁੱਲ ਮਹਿਲ ਸਾਜੋ ਸਮਾਨ ਹੈ ਦੇਗਾਂ ਨੇ ਇੱਧਰ ਢੋਲ ਹੈ ਡੰਗ ਆਪੀ ਡੰਗ ਦੇ ਬਣੇ ਖੜਾਵਾਂ ਨੇ ਬਾਦਲ ਮਹਿਲ ਦੇ ਵਿੱਚ
रहनी पर्ची जन्माष्टमी के दिन यहाँ पर कान्हा जी की प्रतिमा रख के उनको झूला झुलाया जाता। तो झुलाते समय झूले पर लगी ये सारी गुड़िया हिलने लग जाती थी, तो ऐसे लगता था कि जैसे डांस कर रही है गोपियों की तरह। पहले छोटा रखते कम हाइट का, ताकि दुश्मन बेल के नीचे छिप कर हमला न कर सके। सोते समय राजा अपने घुटने तक पांव जमीन पर रखा करते थे। अगर दुश्मन राजा को बेल के साथ रस्सी से भी बांध देगा तो राजा पांव के बल खड़े होके बेल रस्सियां तोड़ के दुश्मन से लड़ सकते थे सेफ्टी के लिए। मैं अंदर की तरफ दीवारों पर कांच का फूलपति का वर्क है, तीस महल कहलाता है। इसका एंट्री गेट सामने की तरफ है, पीछे गैलरी में है। इसे महाराजा डूंगर सिंह जी का महल है 1872 का। यहाँ दीवारों पर कांच के सामने पहले ऑयल लैंप जला के रखते आमने सामने, तो लाइट रिफ्लेक्शन होता और महल जगमगाता था। छत की इन कड़ियों में रानियों के लिए पंखा लटकाते, पर्दा लटकाते, मल्टीपर्पज में काम लेते हैं। और ये चित्रकारी आज भी ओरिजिनल है, हर्बल कलर से बनी हुई हथियार देखेंगे। यहाँ से देखा करती जरूरतों से, क्योंकि उस समय घूंघट प्रथा हुआ करती थी। ये हम अंदर चलकर देख देखिए, आजादी के बाद बीकानेर के महाराजा करणी सिंह जी 5 बार सांसद रहे थे निर्दलीय। तो बीकानेर की जनता के लिए उन्होंने सामाजिक काम किए थे, स्कूल हॉस्पिटल कॉलेजेस बनवाए, तो जनता ने उनका धन्यवाद करने के लिए पत्र भेजे थे जो इधर पूरी गैलरी में लगे थे। अब हम आगे आम और खास दरबार नए सारी की सारी गन शिकार खेलने की है। इनमें आप देखें 12 फुट लंबी दो बंदूकें, एक इधर और एक इस तरफ। इनको 3 सैनिकों के कंधों के ऊपर रखकर फिर चलाया जाता। आज तक गए हो यार।
मुगल कारीगर द्वारा किया हुआ ये सारा काम 14 साल लगे थे तैयार होने में। वो सामने 56 किलो लोहे का कवच और ये सारे राजाओं के हथियार। अंग्रेजा टाइम की फोटो बच्चे पे घड़ी छोटे नहीं, ये कॉन्फ्रेंस दी है। एक मजेदार चीज विखाने चम्मच दिसदा पे कवर लाया ताकि जरा भी कुछ भी खाते टाइम मुछा ना लिबड़न। ये जड़ियाँ ना आप बग्गियां ते सवारियां ने जिन्हां ते राजे महाराजे ट्रैवल करते होंदे सन। बीकानेर में बिजली आने के बाद 1914 में ये लिफ्ट मंगवाया गया इंग्लैंड से। लंबे समय तक बंद रहा, खराब होने के कारण इसको यहाँ पर रखा गया। अब इस जिते तुम देख सकते हो दो तेंदुए इन्हों का शिकार किया गया से जी खल इन की असली है बेच इन्हों तुड़ी वगैरह भरी है बट जी खल बारों असली लाओ टेस्ट बाई कहते हैं बहुत वधिया। रोटी सी बड़ी स्वाद एक नंबर स्टाफ बड़ा कोपरेटिव वेखे पिछे हत करके मुंडे लगे फिरते हैं कोई बिल्कुल भी मिलने च मैं नहीं है वधिया तरीके सर्व करते हैं सारा कुछ बहुत वधिया। जे कभी बीकानेर आए तो बिश्नोई धर्मशाला के होटल है जरूर एक बार रोटी खाना है उ
ਆਪਾਂ ਪਹੁੰਚ ਗਏ ਪੋਖਰਾਂ ਦੇ ਨੇੜੇ ਅਤੇ ਲੱਗਿਆ ਚਾਹ ਅਤੇ ਇੱਥੋਂ 100 ਕਿਲੋਮੀਟਰ ਦੇ ਕਰੀਬ ਰਹਿ ਗਏ ਜੈਸਲਮੇਰ ਦਾ ਵੇਖਾਂਗੇ ਜਾ ਕੇ ਰੈਸਟ ਕਰਾਂਗੇ ਜਿੰਨਾ ਜੈਸਲਮੇਰ ਬਾਪ ਲੰਘਿਆ ਸੀ ਪਿੱਛੇ ਚਾਚਾ ਰਹਿ ਗਿਆ ਚਾਚਾ ਜਿਹੜੇ ਨੱਚਣਾ ਸੀ ਚਾਚਾ ਲਿਖਿਆ ਸੀ ਪਿੰਡਾਂ ਦੇ ਨਾਂ ਹੀ ਬੜੇ ਅਜੀਬ ਨੇ ਜੀ ਆਪਾਂ ਜੈਸਲਮੇਰ ਪਹੁੰਚ ਗਏ ਹਾਂ ਅਤੇ ਆਹ ਮਿਲਟਰੀ ਏਰੀਆ ਇੱਥੇ ਟੈਂਕ ਟੁੰਕ ਅਤੇ ਕਈ ਚੀਜ਼ਾਂ ਖੜੀਆਂ ਨੇ ਵਾਰ ਮਿਊਜ਼ੀਅਮ ਆ ਉੱਧਰ ਜਿਹੜਾ ਜੈਸਲਮੇਰ ਦਾ ਪਵਨ ਚੱਕੀਆਂ ਵਾਲਾ ਪ੍ਰੋਜੈਕਟ ਉਹ ਸਾਹਮਣੇ ਬਿਲਕੁਲ ਉਹ ਵੀ ਵਾਪਸੀ 'ਚ ਵੇਖਾਂਗੇ ਆਪਾਂ ਇੱਕ ਵਾਰੀ ਲੌਂਗੇਵਾਲ ਜਾਣਾ ਲੌਂਗੇਵਾਲ ਤੋਂ ਸ਼ੁਰੂ ਕਰਾਂਗੇ ਆਪਾਂ ਇੱਧਰ ਚੀਜ਼ਾਂ ਵੇਖਣੀਆਂ ਲਓ ਜੀ ਆਪਾਂ ਕਰਦੇ ਕਰਾਂਦੇ ਪਹੁੰਚ ਗਏ ਹਾਂ ਜੈਸਲਮੇਰ ਉਹ ਸਾਹਮਣੇ ਜੈਸਲਮੇਰ ਸ਼ਹਿਰ ਸਾਰਾ ਬਹੁਤ ਹੀ ਵਧੀਆ ਸਿਟੀ ਬਾਈ ਕੋਲ ਜਿਹਦੇ ਕੋਲ ਜਾਣਾ ਉਹਨੂੰ ਅਸੀਂ ਫੋਨ ਕੀਤਾ ਮੁੰਡੇ ਨੂੰ ਡਾਲਾ ਜਿਹਾ ਹੁਣ ਟੱਪਿਆ